ਫਾਈਨਲੀ ਜੀ ਮੈਂ ਪਹੁੰਚ ਗਿਆ। ਇਹ ਭਾਜੀ ਕੀ ਹਾਲ ਠੀਕ ਹੋ? ਤਬੀਅਤ ਠੀਕ ਹੈ ਭਾਜੀ? ਕੀ ਨਾਮ ਤੁਹਾਡਾ? ਮੇਰਾ ਹਰਵਿੰਦਰ ਸਿੰਘ ਹੈ। ਭਾਜੀ ਆਪਣਾ ਕੀ ਨਾਮ ਹੈ? ਪ੍ਰੀਤ ਜੀ। ਪ੍ਰੀਤ ਜੀ, ਇਹ ਜੀ ਲੈਣ ਵਾਸਤੇ ਆਏ ਜੀ। ਇਧਰਾਂ ਤੁਸੀਂ ਫਿਲਹਾਲ ਫੜੋ ਕਿਉਂਕਿ ਤੁਹਾਡੇ ਅੱਜ ਬਹੁਤ ਸੋਹਣਾ ਲੱਗ ਰਿਹਾ ਹੈ। ਠੀਕ ਹੈ ਜੀ, ਪਹਿਲੇ ਤੁਸੀਂ ਰੋਟੀ ਖਾਓਗੇ? ਜੋ ਹੁਕਮ ਜੀ। ਹੈ ਭਾਜੀ ਜੋ ਹੁਕਮ ਮਿਲੇਗਾ ਕੀ ਮਿਲੇਗਾ ਖਾਣਾ ਤੁਸੀਂ ਦੱਸੋ ਕੀ ਹੈ? ਮਜ਼ੇਦਾਰ ਰੂਮ ਹੈ ਜੀ। ਤੇ ਦੋ ਤਿੰਨ ਘੰਟੇ ਮੈਂ ਸੌਣ ਨਾ ਲਵਾਂ ਭਾਜੀ? ਲਵ ਯੂ। ਦਸ ਕੁ ਮਿੰਟ ਬੈਠਾਂਗੇ ਠੀਕ, ਤੇ ਫਿਰ ਮੈਂ ਉੱਥੇ ਆ ਹੋ ਜਾਂਦਾ। ਦੇਖ ਲਓ ਫਰੈਸ਼ ਵਗੈਰਾ ਹੋਣਾ। ਹਾਂਜੀ ਮੈਂ ਨਹਾਵਾਂਗਾ ਨਹਾ ਕੇ ਜ਼ਰਾ। ਹਾਂ ਰੂਮ ਠੀਕ ਹੈ ਤੁਹਾਡੀ? ਹਾਂ ਠੀਕ ਹੈ, ਚੱਲ ਲੈਂਦੇ ਥੋੜ੍ਹਾ ਜਿਹਾ ਅਤੇ ਸਾਰਾ ਜੀ ਨੀਚੇ ਬੈਠਦੇ ਹਾਂ, ਤੁਸੀਂ ਫਰੈਸ਼ ਹੋ ਥੋੜ੍ਹੀ ਦੇਰ ਜੀ। ਫੂਡ ਆ ਰਿਹਾ, ਫੂਡ ਲੈ ਕੇ ਆਉਂਦੇ ਹੋ? ਠੀਕ ਹੈ, ਚਲੋ ਮੈਂ ਫਿਰ ਹੋਵੇ ਜਾਣਾ ਫਰੈਸ਼, ਤੁਸੀਂ ਹੋ ਠੀਕ ਹੈ। ਭਾਜੀ ਕਿੱਥੇ ਹੋ ਤੁਸੀਂ? ਅਜੇ ਤਿਆਰ ਨਹੀਂ ਹੋਏ ਭਾਜੀ? ਕਿਉਂ ਕੀ ਹੋਇਆ? ਆਪਾਂ ਜਾਣਾ। ਹਾਂ ਕੀ ਟਾਈਮ ਕੀ ਹੈ? ਟਾਈਮ ਤਾਂ 7:30 ਹੋ ਗਏ। ਅੱਛਾ ਕਿਹਦੇ ਮੇਰੇ? ਆਪਾਂ 8 ਵਜੇ ਮਿਲਣਾ। ਅੱਛਾ ਹਾਂਜੀ, ਤੇ ਤੁਸੀਂ ਅਜੇ? ਨਹੀਂ ਨਹੀਂ ਬਸ 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 ਤੂੰ ਮੈਨੂੰ, ਤੁਸੀਂ ਅਜੇ ਤਿਆਰ ਨਹੀਂ ਹੋਏ? ਬਾਹਰ ਜਾਏਗਾ ਤੇ ਤਿਆਰ ਹੋਵਾਂਗਾ ਮੈਂ। ਜਲਦੀ ਕਰੋ ਭਾਜੀ। ਬੰਦ ਕਰ ਬੂਆ। ਅੱਛਾ ਜੀ, ਇੱਕ ਮਸ਼ਹੂਰ ਹੋਟਲ ਹੈਗਾ ਇੱਥੇ? ਖਾਣਾ ਆ ਗਿਆ ਜੀ, ਮੈਂ ਥੋੜ੍ਹਾ ਜਿਹਾ ਖਾਣਾ ਖਾ ਲਾ। ਮਸ਼ਹੂਰ ਹੋਟਲ ਇੱਥੇ ਦਾ ਹੈ? ਪਾਕਿਸਤਾਨੀ ਹੈ ਕਿ? ਪਾਕਿਸਤਾਨੀ ਮੁੰਡਾ ਲਾਹੌਰ ਦਾ ਸੀ ਜਿਹੜਾ ਮਿਲਿਆ। ਵੈਰੀ ਗੁੱਡ ਯਾਰ, ਮੈਂ ਸੁਬਾ ਕਾਹਲੀ ਉਹਨਾਂ ਨੇ ਇੰਨੀ ਪਾਈ ਸੀ ਕਿ ਨਾਸ਼ਤਾ ਵੀ ਨਹੀਂ ਕੀਤਾ, ਉਂਝ ਹੀ ਉੱਠ ਕੇ ਨਿਕਲਾ ਹੈ। ਅਤੇ ਅੱਜ ਬੜੇ ਦਿਨਾਂ ਬਾਅਦ ਮਤਲਬ ਛੋਟੇ ਪਾਏ ਅਤੇ ਨਿਆਰੀ ਮਿਲੀ। ਆ ਜਾ ਨਾ। ਅੱਛਾ ਉੱਥੇ ਵੀ ਇੰਤਜ਼ਾਮ ਕੀਤਾ ਜੀ? ਕਿਸੇ